ਨੇ ਜਿਹਨੂੰ 26 ਜਨਵਰੀ ਨੂੰ ਉੱਥੇ ਡਿਸਪਲੇ ਹੋਣਾ ਸੀ ਔਰ ਉਹਨਾਂ ਨੂੰ ਅਲਾਊ ਨਹੀਂ ਕੀਤਾ ਗਿਆ। ਸੋ ਪੰਜਾਬ ਦੇ ਨਾਲ ਹਮੇਸ਼ਾ ਤੋਂ ਹੀ ਸੈਂਟਰ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧੱਕਾ ਕੀਤਾ ਹੈ। ਹਮੇਸ਼ਾ ਤੋਂ ਸੈਂਟਰ ਨੇ ਪੰਜਾਬ ਦੇ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਝਾਕੀਆ ਉਹਨੇ ਜਿਹਦੇ ਵਿੱਚ ਸਾਡਾ ਅਮੀਰ ਵਿਰਸਾ ਜਿਹੜਾ ਉਹ ਦਰਸਾਇਆ ਗਿਆ ਹੈ, ਜਿਹਦੇ ਤੋਂ ਬੀਜੇਪੀ ਕੇਂਦਰ ਸਰਕਾਰ ਘਬਰਾਉਂਦੀ ਹੈ ਕਿਉਂਕਿ ਬਹਾਦਰੀ ਸ਼ਹੀਦਾਂ ਦੀ ਧਰਤੀ, ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜਾਬ, ਔਰ ਇਸ ਅਮੀਰ ਵਿਰਸੇ ਤੋਂ ਬੀਜੇਪੀ ਨੂੰ ਬਹੁਤ ਘਬਰਾਹਟ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਨੇ ਅਲਾਊ ਨਹੀਂ ਕੀਤਾ। ਸੋ ਮਾਨ ਸਰਕਾਰ ਦਾ ਇੱਕ ਬਹੁਤ ਵਧੀਆ ਇਹ ਉਪਰਾਲਾ ਸੀ ਕਿ ਪੰਜਾਬ ਦੇ ਵਿੱਚ ਸਭ ਨੂੰ ਪਤਾ ਤਾਂ ਲੱਗੇ ਕਿਉਂਕਿ ਕੂੜ ਪ੍ਰਚਾਰ ਬਹੁਤ ਕੀਤਾ ਜਾਂਦਾ ਹੈ ਸਾਡੇ ਬੀਜੇਪੀ ਵੱਲੋਂ। ਸੋ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਸੀਗਾ ਜਿਹਨੂੰ ਡਿਨਾਈ ਕੀਤਾ ਗਿਆ, ਜਿਹਨੂੰ ਉੱਥੇ ਅਲਾਊ ਨਹੀਂ ਕੀਤਾ ਗਿਆ, ਔਰ ਸੈਕਿੰਡਲੀ ਸਾਡਾ ਜਿਹੜਾ ਪੰਜਾਬ ਦੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ, ਔਰ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਅੱਗੇ ਉਹਨੂੰ ਮਾਣ ਮਹਿਸੂਸ ਕਰਨ ਔਰ ਬਾਹਰ ਜਿਹੜੇ ਜਾ ਰਹੇ ਨੇ। ਅਸੀਂ ਅੱਗੇ ਅਕਸਰ ਦੇਖਦੇ ਹਾਂ ਕਿ ਹੁਣ ਬਹੁਤ ਸਾਰੇ ਲੋਕ ਅਕਸਰ ਮੈਨੂੰ, ਮੈਂ ਇੱਥੇ ਨਾਲੇ ਵੀ ਦੱਸਣਾ ਚਾਹੁੰਦੀ ਕਿ ਸਾਨੂੰ ਹੁਣ 20 ਚੋਂ ਕਿਤੇ ਨਾ ਕਿਤੇ ਇੱਕ ਬੰਦਾ ਜਿਹੜਾ ਉਹ ਮਿਲਦਾ ਜ਼ਰੂਰ, ਜਿਹੜਾ ਕਹਿੰਦਾ ਕਿ ਅਸੀਂ ਅਬਰੋਡ ਸੈਟਲ ਸੀਗੇ ਪਰ ਹੁਣ ਅਸੀਂ ਇੱਥੇ ਵਾਪਸ ਆ ਗਏ ਹੈਗੇ ਹਾਂ। ਸੋ ਵਟ ਵੀ ਵਾਂਟ ਇਸ ਕਿ ਸਾਡੇ ਬੱਚੇ ਇੱਥੇ ਰਹਿਣ, ਸਾਡਾ ਜਿਹੜਾ ਅਮੀਰ ਵਿਰਸਾ ਉਹਦੀ ਪਹਿਚਾਣ ਕਰਨ ਔਰ ਲੋਕਾਂ ਨੂੰ ਪਤਾ ਲੱਗੇ ਕਿ ਕੀ ਸੀਗਾ ਔਰ ਬੀਜੇਪੀ ਸਰਕਾਰ ਕਿਸ ਚੀਜ਼ ਤੋਂ ਘਬਰਾਉਂਦੀ ਹੈ ਅਤੇ ਉਹਨਾਂ ਨੇ ਉੱਥੇ ਅਲਾਊ ਨਹੀਂ ਕੀਤਾ। ਮੈਮ, ਜਿਸ ਤਰ੍ਹਾਂ ਕਿ ਜੋ ਝਾਂਕੇ ਦਰਸਾਉਂਦੀਆਂ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਇੱਕ ਪਾਸੇ ਨਮਨ ਕਰ ਰਹੇ ਹਾਂ ਅਸੀਂ, ਜੋ ਕਹਿ ਸਕਦੇ ਹਾਂ ਕਿ ਐਡਾ ਵਡਮੁੱਲੀਆਂ ਜੋ ਦਿਨ ਹੈ ਉਸਨਾਂ ਨੂੰ ਹੀ ਇਸ ਵਿੱਚ ਯਾਦ ਕੀਤਾ ਗਿਆ, ਕੀ ਕਾਰਨ ਲੱਗਦੇ ਹੈ ਕਿ ਸੈਂਟਰ ਵੱਲੋਂ ਇਹਨਾਂ ਚੀਜ਼ਾਂ 'ਤੇ ਰੋਕ ਲਗਾਈ? ਦੇਖੋ, ਮੈਂ ਤਾਂ ਸ਼ੁਰੂ ਹੀ ਇੱਥੋਂ ਕੀਤਾ ਹੈ ਕਿ ਸਿਰਫ ਇੱਕ ਡਰ ਖੌਫ ਪੈ ਬੀਜੇਪੀ ਨੂੰ, ਇਹਨਾਂ ਚੀਜ਼ਾਂ ਤੋਂ ਬਹੁਤ ਡਰ ਲੱਗਦਾ ਕਿਉਂਕਿ ਅਦਰਵਾਈਜ਼ ਕੋਈ ਰੀਜ਼ਨ ਹੀ ਨਹੀਂ ਹੈ ਕਿ ਸਾਡੇ ਸ਼ਹੀਦਾਂ ਦੀ ਸ਼ਹਾਦਤ ਦਰਸਾਉਂਦੀਆਂ ਝਾਂਕੀਆਂ ਜਿਹੜੀਆਂ ਨੇ ਉਹਨਾਂ ਨੂੰ ਅਲਾਊ ਨਾ ਕੀਤਾ ਜਾਏ। ਸੋ ਬੀਜੇਪੀ ਦਾ ਡਰ ਹੈ। ਮੈਮ, ਗਲੀ ਗਲੀ ਮੁਹੱਲੇ ਮੁਹੱਲੇ ਝਾਕੇ ਜਾ ਰਹੀਆਂ ਨੇ, ਨੌਜਵਾਨਾਂ ਨੂੰ ਸਮਾਜਿਕ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਜ਼ਰੂਰ ਸਰਕਾਰ ਕਰ ਰਹੀ ਹੈ, ਇਸ ਨੂੰ ਪੱਖ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਤਾਂ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਰੂਰੀ ਹੈ। ਸੋ ਮਾਨ ਸਰਕਾਰ ਦਾ ਔਰ ਮਾਨ ਸਾਹਿਬ ਦਾ ਇੱਕ ਬਹੁਤ ਵੱਡਾ ਔਰ ਵਧੀਆ ਉਪਰਾਲਾ ਹੈ ਕਿ ਇਹਨਾਂ ਝਾਂਕੀਆਂ ਨੂੰ ਗਲੀਆਂ ਗਲੀਆਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਲੈ ਕੇ ਜਾਇਆ ਜਾਏ ਤਾਂ ਕਿ ਲੋਕਾਂ ਨੂੰ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਹਦੇ ਵਿੱਚ ਕੁਛ ਵੀ ਖਰਾਬ ਨਹੀਂ ਸੀ, ਔਰ ਦੂਸਰਾ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ। ਕੀ ਮੈਡਮ ਲੱਗਦਾ ਮੋਦੀ ਸਰਕਾਰ ਨੂੰ ਸਾਡੇ ਆਜ਼ਾਦੀ ਘੁਲਾਟੀਆਂ ਦਾ ਇਤਿਹਾਸ ਨਹੀਂ ਪਤਾ? ਦੇਖੋ, ਮੋਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਦਾ ਏਜੰਡਾ ਡਿਫਰੈਂਟ ਹੈ ਜੀ।
ਦੰਗਿਆਂ ਵਾਲੀ ਸਰਕਾਰ ਹੈ, ਝੂਠ ਦੀ ਸਰਕਾਰ ਹੈ, ਬੇਈਮਾਨੀ ਇਹਨਾਂ ਨੂੰ ਆਉਂਦੀ ਹੈ ਜਿਹੜੀ ਬੀਜੇਪੀ ਸਰਕਾਰ ਹੈ। ਸੋ ਉਹਨਾਂ ਨੂੰ ਇਹੋ ਜਿਹੀ ਬਹਾਦਰੀ ਤੋਂ ਖੌਫ ਆਉਂਦਾ ਹੈ। ਗੁਰੂਆਂ ਪੀਰਾਂ ਦੀ ਧਰਤੀ ਹੋਵੇ ਜਿੱਥੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੋਏ, ਜਲ੍ਹਿਆਂ ਵਾਲੇ ਬਾਗ ਦੀ ਧਰਤੀ ਹੋਏ। ਔਰ ਤੁਸੀਂ ਦੇਖਿਆ ਕਿ ਇਹਦੇ ਵਿੱਚ ਸ਼ਾਇਦ ਇੱਕ ਟੇਬਲਿਓ ਜਿਹੜਾ ਉਹ ਜਲ੍ਹਿਆਂ ਵਾਲੇ ਬਾਗ ਦਾ ਜਿਹੜਾ ਸੀਗਾ ਐਪੀਸੋਡ ਉਹਨੂੰ ਵੀ ਦਰਸਾਉਂਦਾ ਹੈ। ਸੋ ਇਹ ਜਿਹੀਆਂ ਚੀਜ਼ਾਂ ਤੋਂ ਬੀਜੇਪੀ ਭੈ ਖਾਂਦੀ ਹੈ। ਇਹ ਅੰਮ੍ਰਿਤਸਰ ਦੇ ਵਿੱਚ ਇੱਥੋਂ ਨਿਕਲਦੇ ਹੋਏ ਰਣਜੀਤ ਐਵੇਨਿਊ ਜਾਣਗੇ ਔਰ ਰਣਜੀਤ ਐਵੇਨਿਊ ਤੋਂ ਬਾਅਦ ਅਜਨਾਲੇ ਜਾਣਗੇ। ਬਹੁਤ ਖੁਸ਼ੀ ਦੀ ਗੱਲ ਹੈ, ਪੰਜਾਬ ਦੀ ਆਣ ਬਾਨ ਸ਼ਾਨ, ਪੰਜਾਬ ਦੀਆਂ ਝਾਂਕੀਆਂ ਅੱਜ ਅੰਮ੍ਰਿਤਸਰ ਆ ਰਹੀ ਹੈ ਔਰ ਅਸੀਂ ਸਾਰੇ ਇੱਥੇ ਪਹੁੰਚੇ ਉਹਦੀ ਸਵਾਗਤ ਕਰਨ ਵਾਸਤੇ। ਸਾਰੇ ਲੋਕਾਂ ਨੂੰ ਬਹੁਤ ਖੁਸ਼ੀ ਹੈ, ਸ਼ਹਿਰ ਵਾਸੀਆਂ ਨੂੰ। ਦੇਖੋ, ਇੱਕ ਪਾਸੇ ਸਿਆਸਤ ਹੋ ਰਹੀ ਸੀ, ਝਾਂਕੀਆਂ ਨੂੰ ਮੌਕਾ ਨਹੀਂ ਦਿੱਤਾ ਗਿਆ ਅਤੇ ਕੀ ਕਹਾਂ, ਇਸ ਵੇਲੇ ਪੰਜਾਬ ਦੇ ਵਾਸਤੇ ਬਹੁਤ ਹੀ ਮਨਭਾਗਾ ਹੈਗਾ, ਬਹੁਤ ਮਨਭਾਗਾ ਹੈਗਾ। ਪਬਲਿਕ ਦੇਖ ਰਹੀ ਹੈ ਜੋ ਆ ਸਰਕਾਰ, ਸੈਂਟਰ ਗੌਰਮੈਂਟ ਕਰ ਰਹੀ ਹੈਗੀ ਹੈ। ਤੋ ਫਿਰ ਵੀ ਸਾਨੂੰ ਮਾਣ ਹੈ ਸਾਡੇ 'ਤੇ, ਪੰਜਾਬ ਦੇ ਉੱਤੇ, ਸਾਡੀ ਸਰਕਾਰ ਦੇ ਉੱਤੇ ਕਿ ਅੱਜ ਸਾਰੇ ਪੰਜਾਬ 'ਚ ਅਸੀਂ ਉਹ ਝਾਕੀਆਂ ਜਿਹੜੀਆਂ ਪਬਲਿਕ ਨੇ 26 ਜਨਵਰੀ ਦੀ ਪਰੇਡ ਨੂੰ ਦੇਖਣੀਆਂ ਸੀ ਅਤੇ ਅੱਜ ਹਰ ਪਿੰਡ ਪਿੰਡ 'ਚ, ਸ਼ਹਿਰ ਸ਼ਹਿਰ 'ਚ ਦਿਖਾਈਆਂ ਜਾ ਰਹੀਆਂ। ਬਹੁਤ ਬੜਾ ਮਾਣ ਹੈ ਸਾਡੇ ਵਾਸਤੇ, ਬਹੁਤ ਫਖਰ ਦੀ ਗੱਲ ਹੈਗੀ ਹੈ। ਸਲੂਟ ਹੈਗਾ ਮਾਨ ਸਾਹਿਬ ਨੂੰ, ਸਾਡੀ ਸਰਕਾਰ ਨੂੰ, ਆਮ ਆਦਮੀ ਪਾਰਟੀ ਨੂੰ।